हाँ जी, अज आप फिर लेके आ गया थोड़े लिए एक नवा ब्लॉग। सो सब तो पहला थोड़ा सारे जी मेरे वालों जाने की दान वालों प्यार भरी सत श्रीकाल। सो ये आप होटल तो ना तो कि हम पीलिए चाह तो लगे जी ब्रेकफास्ट ऑर्डर करना। सो ऑर्डर करके फिर चलते हैं। सो देखो जी होटल का व्यू। ये है जी बाहर का व्यू, ये तुम देख सकते हो। चलो जी आ जाओ फिर। होटल बढ़िया है जी। हूँ लेके चलते थानू जी अगे। सो जो तो तक ब्रेकफास्ट आता है कमरे च, सो उदू तक जी फिर दस्यो जी वीडियोस किवें दियां लगदियां कमेंट ते लाइक करके। सो हूँ आप आए हुए हैं जी इधर यूपी दे विच। हम आप आ गए जी नीचे होटल के हाल के बिच। सो ये तुम देख सकते हो रिसेप्शन। बाहर तुम देख सकते हो जी झंडे, तो झंडे तो उपर है जी हाईवे। ये हाईवे जी मैं थोनों दस दया जो अपना अटावा, अटावा तो कटदा जी ये कानपुर तो अटावा, अटावा तो ये रास्ता आता जी। सो जो कि बहुत टुटिया होया है ट्रक वाला रास्ता जी ये। सो ये है जी बाहर का व्यू कमरे तो। सो हम लगे जी पामना चाह। देखो जी सारा समान पिया इतने। इतने का डैम सुबह थोड़ा बिठा देंगे पीछे। देखो जी ये सब डैम है जी। हम आप आ गए हैं जी होटल के बिच। सो गड्डी नूं कर देंगे लोग
ਜਾ ਕੇ ਕਰਦੇ ਹਾਂ ਜੀ ਲੰਚ। ਸੋ ਭੁੱਖ ਬਹੁਤ ਲੱਗੀ ਹੋਈ ਹੈ ਅਤੇ ਬਾਹਰ ਗਰਮੀ ਵੀ ਬਹੁਤ ਹੈ ਜੀ। ਇਹ ਆ ਜੀ ਹੋਟਲ 1000 pounds। ਚੱਲਦੇ ਹਾਂ ਜੀ ਅੰਦਰ। ਸੋ ਹੁਣ ਆ ਗਿਆ ਜੀ ਇੱਥੇ ਦੇ ਡੈਮ 'ਤੇ। ਸੋ ਇੱਥੋਂ ਕਰਾਂਗੇ ਜੀ ਪ੍ਰੋਜੈਕਟ ਸਟਾਰਟ। ਇਹ ਹੈ ਜੀ ਕੰਪਨੀ ਮੈਂਬਰ। ਆਹ ਦੇਖੋ ਜੀ ਆਪਾਂ ਲੱਗੇ ਅੰਬ ਦੀ ਚਟਣੀ ਪਾਉਣ। ਇਹ ਆਪਾਂ ਲਿਆਂਦੇ ਸੀ 6 ਕਿਲੋ ਅੰਬ ਹੀ, ਜਿਨ੍ਹਾਂ ਨੂੰ ਆਪਾਂ ਛਿੱਲ ਕੇ ਕੱਦੂਕਸ ਕਰ ਲਿਆ ਜੀ। ਆਪਾਂ ਤੇਲ ਲਿਆ ਚੜ੍ਹਾਏ ਆਪੇ ਸਮਾਨ, ਆਪਾਂ ਮਿਕਸ ਮਸਾਲੇ ਲਿਆਂਦੇ ਵੀ ਵਿੱਚ ਪਾਉਣ ਨੂੰ। ਇਹ ਹੈਗੇ ਜੀਰਾ, ਮੇਥੇ, ਕਲੌਂਜੀ, ਸੌਂਫ, ਸਾਰੀਆਂ ਚੀਜ਼ਾਂ ਜੀ। ਆਹ ਹੈਗੇ ਵਿੱਚ ਪਾਉਣ ਨੂੰ ਮਗਜ਼ ਅਤੇ ਦਾਖਾਂ ਜੀ। ਆਹ ਆਪਣਾ ਕਰਿਆ ਹੋਇਆ ਸਮਾਨ। ਆਹ ਹੈਗੀ ਚੀਨੀ, ਆਹ ਹਲਦੀ, ਨੂਣ ਮਿਰਚ, ਆਹ ਹੈਗੀ ਜੀ ਸਿਰਕੇ ਦੀ ਬੋਤਲ। ਚਲੋ ਜੀ ਸਟਾਰਟ ਕਰਦੇ ਹਾਂ, ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ। ਇਹ ਸੀ ਅੰਬ ਦੀ ਚਟਨੀ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਦੇਖੀ ਹੈ ਜੀ। ਸੋ ਇਹ ਬਣਾਈ ਹੈ ਜੀ ਮੇਰੇ ਮੋਮ ਨੇ। ਸੋ ਜੋ ਵੀ ਤੁਸੀਂ ਡਿਟੇਲ ਦੇ ਵਿੱਚ ਸਾਰਾ ਕੁਝ ਤੁਸੀਂ ਵੀ ਕਰਿਓ ਅਪਲਾਈ ਅਤੇ ਕਦੇ ਕਦੇ ਆਪਣੇ ਆਪਣੇ ਘਰ ਕਰਿਓ ਟਰਾਈ ਅਤੇ ਟਰਾਈ ਕਰਕੇ ਮੈਨੂੰ ਦੱਸੋ ਕਿਵੇਂ ਦੀ ਬਣੀ ਹੈ ਜੀ। ਅਤੇ ਆਪਾਂ ਵੀ ਜਾ ਕੇ ਕਰਾਂਗੇ ਟਰਾਈ ਅਤੇ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਇਹਦਾ ਵੇਰਵਾ ਵੀ ਦਊਂਗਾ। ਚਲੋ ਜੀ ਕਰਦੇ ਹਾਂ ਵੀਡੀਓ ਨੂੰ ਬੰਦ। ਸੋ ਅੱਜ ਦੀ ਵੀਡੀਓ ਇੰਨੀ ਕਾਫੀ ਹੈ ਅਤੇ ਚੰਗੀ ਲੱਗੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਚਲੋ ਜੀ ਦਿਓ ਜੀ ਦਮਨ ਨੂੰ ਇਜਾਜ਼ਤ, ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ। ਓਕੇ ਜੀ ਸਤਿ ਸ਼੍ਰੀ ਅਕਾਲ।